ਮੋਹਾਲੀ ਸਰਹੱਦ ਤੇ ਬਣੀ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗੀ। ਦੱਸ ਦਈਏ ਕਿ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਾਟਾਂ ਔਰ ਅਸਮਾਨੀ ਚੜਿਆ ਧੂੰਆਂ ਨਜ਼ਰ ਆ ਰਿਹਾ। ਦੱਸ ਦਈਏ ਕਿ 6 ਤੋਂ 7 ਦੁਕਾਨਾਂ ਰਾਖ ਹੋ ਗਈਆਂ ਔਰ ਬਾਕੀ ਦੁਕਾਨ ਵਾਲਿਆਂ ਨੇ ਆਪਣਾ ਸਮਾਨ ਆ ਜਿਹੜਾ ਸੜਕ ਤੇ ਰੱਖ ਲਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਲੱਖਾਂ ਦਾ ਸਮਾਨ, ਮੇਜ਼, ਕੁਰਸੀਆਂ, ਬੈੱਡ ਸਣੇ ਹੋਰ ਜਿੰਨਾ ਫਰਨੀਚਰ ਹੈ ਸੜ ਕੇ ਸਵਾਹ ਹੋ ਗਿਆ। ਇਸ ਤੋਂ ਪਹਿਲਾਂ ਕਈ ਵਾਰ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗ ਚੁੱਕੀ ਹੈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ। ਹਾਲੇ ਤੱਕ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਇਸ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਦੱਸ ਦਈਏ ਕਿ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਫਰਨੀਚਰ ਮਾਰਕੀਟ ਬਣੀ ਹੋਈ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ। ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ, ਹਫੜਾ ਦਫੜੀ ਦਾ ਮਾਹੌਲ ਬਣ ਗਿਆ ਔਰ ਬਾਕੀ ਦੇ ਦੁਕਾਨਦਾਰਾਂ ਨੇ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਦੁਕਾਨਾਂ ਦੇ ਵਿੱਚੋਂ ਸਮਾਨ ਬਾਹਰ ਕੱਢ ਕੇ ਸੜਕਾਂ ਤੇ ਰੱਖ ਲਿਆ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਔਰ ਅੱਗ ਇੰਨੀ ਭਿਆਨਕ ਹੈ ਕਿ ਧੂੰਆਂ ਜਿਹੜਾ ਅਸਮਾਨੀ ਚੜਦਾ ਜਾ ਰਿਹਾ। ਦੱਸਣ ਦੇ ਮੁਤਾਬਿਕ ਲੱਖਾਂ ਦਾ ਨੁਕਸਾਨ ਇੱਥੇ ਹੋ ਚੁੱਕਿਆ, 6 ਤੋਂ 7 ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਚੁੱਕੀਆਂ ਨੇ। ਚੰਡੀਗੜ੍ਹ ਮੋਹਾਲੀ ਸਰਹੱਦ ਤੇ ਬਣੀ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗੀ। ਦੱਸ ਦਈਏ ਕਿ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਾਟਾਂ ਔਰ ਅਸਮਾਨੀ ਚੜਿਆ ਧੂੰਆਂ ਨਜ਼ਰ ਆ ਰਿਹਾ। ਦੱਸ ਦਈਏ ਕਿ 6 ਤੋਂ 7 ਦੁਕਾਨਾਂ ਰਾਖ ਹੋ ਗਈਆਂ ਔਰ ਬਾਕੀ ਦੁਕਾਨ ਵਾਲਿਆਂ ਨੇ ਆਪਣਾ ਸਮਾਨ ਆ ਜਿਹੜਾ ਸੜਕ ਤੇ ਰੱਖ ਲਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਲੱਖਾਂ ਦਾ ਸਮਾਨ, ਮੇਜ਼, ਕੁਰਸੀਆਂ, ਬੈੱਡ ਸਣੇ ਹੋਰ ਜਿੰਨਾ ਫਰਨੀਚਰ ਹੈ ਸੜ ਕੇ ਸਵਾਹ ਹੋ ਗਿਆ। ਇਸ ਤੋਂ ਪਹਿਲਾਂ ਕਈ ਵਾਰ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗ ਚੁੱਕੀ ਹੈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ। ਹਾਲੇ ਤੱਕ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਇਸ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਦੱਸ ਦਈਏ ਕਿ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਫਰਨੀਚਰ ਮਾਰਕੀਟ ਬਣੀ ਹੋਈ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ। ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ, ਹਫੜਾ ਦਫੜੀ ਦਾ ਮਾਹੌਲ ਬਣ ਗਿਆ ਔਰ ਬਾਕੀ ਦੇ ਦੁਕਾਨਦਾਰਾਂ ਨੇ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਦੁਕਾਨਾਂ ਦੇ ਵਿੱਚੋਂ ਸਮਾਨ ਬਾਹਰ ਕੱਢ ਕੇ ਸੜਕਾਂ ਤੇ ਰੱਖ ਲਿਆ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਔਰ ਅੱਗ ਇੰਨੀ ਭਿਆਨਕ ਹੈ ਕਿ ਧੂੰਆਂ ਜਿਹੜਾ ਅਸਮਾਨੀ ਚੜਦਾ ਜਾ ਰਿਹਾ। ਦੱਸਣ ਦੇ ਮੁਤਾਬਿਕ ਲੱਖਾਂ ਦਾ ਨੁਕਸਾਨ ਇੱਥੇ ਹੋ ਚੁੱਕਿਆ, 6 ਤੋਂ 7 ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਚੁੱਕੀਆਂ ਨੇ। ਚੰਡੀਗੜ੍ਹ ਮੋਹਾਲੀ ਸਰਹੱਦ ਤੇ ਬਣੀ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗੀ। ਦੱਸ ਦਈਏ ਕਿ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਾਟਾਂ ਔਰ ਅਸਮਾਨੀ ਚੜਿਆ ਧੂੰਆਂ ਨਜ਼ਰ ਆ ਰਿਹਾ। ਦੱਸ ਦਈਏ ਕਿ 6 ਤੋਂ 7 ਦੁਕਾਨਾਂ ਰਾਖ ਹੋ ਗਈਆਂ ਔਰ ਬਾਕੀ ਦੁਕਾਨ ਵਾਲਿਆਂ ਨੇ ਆਪਣਾ ਸਮਾਨ ਆ ਜਿਹੜਾ ਸੜਕ ਤੇ ਰੱਖ ਲਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਲੱਖਾਂ ਦਾ ਸਮਾਨ, ਮੇਜ਼, ਕੁਰਸੀਆਂ, ਬੈੱਡ ਸਣੇ ਹੋਰ ਜਿੰਨਾ ਫਰਨੀਚਰ ਹੈ ਸੜ ਕੇ ਸਵਾਹ ਹੋ ਗਿਆ। ਇਸ ਤੋਂ ਪਹਿਲਾਂ ਕਈ ਵਾਰ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗ ਚੁੱਕੀ ਹੈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ। ਹਾਲੇ ਤੱਕ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਇਸ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਦੱਸ ਦਈਏ ਕਿ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਫਰਨੀਚਰ ਮਾਰਕੀਟ ਬਣੀ ਹੋਈ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ। ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ, ਹਫੜਾ ਦਫੜੀ ਦਾ ਮਾਹੌਲ ਬਣ ਗਿਆ ਔਰ ਬਾਕੀ ਦੇ ਦੁਕਾਨਦਾਰਾਂ ਨੇ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਦੁਕਾਨਾਂ ਦੇ ਵਿੱਚੋਂ ਸਮਾਨ ਬਾਹਰ ਕੱਢ ਕੇ ਸੜਕਾਂ ਤੇ ਰੱਖ ਲਿਆ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਔਰ ਅੱਗ ਇੰਨੀ ਭਿਆਨਕ ਹੈ ਕਿ ਧੂੰਆਂ ਜਿਹੜਾ ਅਸਮਾਨੀ ਚੜਦਾ ਜਾ ਰਿਹਾ। ਦੱਸਣ ਦੇ ਮੁਤਾਬਿਕ ਲੱਖਾਂ ਦਾ ਨੁਕਸਾਨ ਇੱਥੇ ਹੋ ਚੁੱਕਿਆ, 6 ਤੋਂ 7 ਦੁਕਾਨਾਂ ਅੱਗ ਦੀ
ਲਪੇਟ ਵਿੱਚ ਆ ਚੁੱਕੀਆਂ ਨੇ।